ਅਸੀਂ ਜਾਣ ਚੁੱਕੇ ਆ ਜਿਤਨਾ ਘਟਾਂਦੀ ਜ਼ਮੀਨ ਉਹਨਾਂ ਦੇ ਜਿਸਮ ਵਿੱਚੋਂ ਤੇ ਸਾਡੇ ਕੋਲ ਇੱਕ ਕਿਤਾਬ ਵੀ ਹੈ ਮਹਿਫੂਜ਼ ਰੱਖਣ ਵਾਲੀ ਸਗੋਂ ਛੁਟਲਾਇਆ ਨੇ ਸੱਚੇ ਦੀਨ ਨੂੰ ਜਦ ਪਹੁੰਚਿਆ ਉਹ ਨਤੀਕ ਸੋ ਉਹ ਪਏ ਹੋਏ ਨੇ ਬੇਠ ਠੇਠ ਗੱਲ ਵਿੱਚ ਭਲਾ ਫਿਰ ਵੇਖਿਆ ਨਹੀਂ ਨੇ ਅਸਮਾਨ ਵਾਲ ਆਪਣੇ ਉੱਤੇ ਕੀ ਕਰਸਾ ਉਹ ਬਣਾਇਆ ਤੇ ਉਸ ਨੂੰ ਸਜਾਇਆ ਤੇ ਨਹੀਂ ਉਸ ਵਿੱਚ ਕੋਈ ਮੋਰੀ ਤੇ ਜ਼ਮੀਨ ਨੂੰ ਵਿਛਾਇਆ ਅਸਾਂ ਤੇ ਰੱਖੇ ਨੇ ਅਸਾਂ ਉਸ ਵਿੱਚ ਪਹਾੜ ਉਗਾਈ ਐਸਾ ਉਸ ਵਿੱਚ ਹਰ ਕਿਸਮ ਦੀ ਹਰਿਆਲੀ ਰੌਣਕਦਾਰ ਵਸਤੇ ਸਮਝਾਣੇ ਤੇ ਯਾਦ ਕਰਾਣੇ ਹਰ ਬੰਦੇ ਅੱਲਾਹੁ ਅਲਮੁਰ ਆਉਣ ਵਾਲੇ ਦੇ ਤਾਰੇ ਆਸਾ ਅਸਮਾਨੋਂ ਪਾਣੀ ਬਰਕਤ ਵਾਲਾ ਫਿਰ ਉਗਾਏ ਐਸਾ ਉਸ ਨਾਲ ਬਾਗ ਤੇ ਅਨਾਜ ਖੇਤ ਦਾ ਇਸ ਵਿੱਚ ਵਾਢੀ ਪੈਂਦੀ ਏ ਤੇ ਖਜੂਰਾਂ ਲੰਮੀਆਂ ਜਿਨ੍ਹਾਂ ਦਾ ਗੱਬਾ ਹੈ ਤੈ ਪਤਾ ਫੋਜੀ ਦੇਣ ਲਈ ਬੰਦਿਆਂ ਨੂੰ ਤੇ ਜੁਆਇਆ ਸੋ ਉਸ ਨਾਲ ਦੇਸ ਮੋਇਆ ਹੋਇਆ ਇਸੇ ਤਰ੍ਹਾਂ ਹੀ ਕਬਰੋਂ ਨਿਕਲ ਖਲੋਣਾ ਉਠਲਾਇਆ ਪਹਿਲੇ ਇਹਨਾਂ ਦੇ ਨੂਹ ਦੀ ਕੌਮ ਤੇ ਖੂਬ ਵਾਲਿਆਂ ਤੇ ਸਮੂਹ ਨੇ ਯਾਦ ਤੇ ਫਰਾਉਨ ਤੇ ਲੂਤ ਤੇ ਭਰਾਵਾਂ ਨੇ ਚੰਗੀ ਵਾਲਿਆਂ ਤੇ ਤੁੱਬਾ ਦੀ ਕੌਮ ਨੇ ਹਰ ਇੱਕ ਨੇ ਚੁਠਲਾਇਆ پیغمبرਾਂ ਨੂੰ ਤੇ ਠੀਕ ਨਿਕਲਿਆ ਮੇਰਾ ਅਜ਼ਾਬ ਦਾ ਵਾਦਾ ਫਿਰ ਅਸੀਂ ਕੋਈ ਥੱਕ ਗਏ ਆ ਪਹਿਲੀ ਵਾਰੀ ਪੈਦਾ ਕਰਨ ਨਾਲ ਸਗੋਂ ਨੂਹ ਦਾ ਲਾਪਿਆ ਆ ਨਵੇਂ ਪੈਦਾ ਹੋਣੇ ਵਿੱਚ ਜਰੂਰ ਅਸਾਂ ਪੈਦਾ ਕੀਤਾ ਆਦਮੀ ਤੇ ਅਸੀਂ ਜਾਣਨੇ ਆ ਜਿਵੇਂ ਪਾੰਦਾ ਉਹਨਾਂ ਨੂੰ ਜੀ ਉਹਦਾ ਦੇ ਅਸੀਂ ਵਦੇਰੇ ਨੇੜੇ ਆ ਉਹਦੇ ਸ਼ਾਹ ਰਗ ਨਾਲੋ ਜਦ ਲੈਂਦੇ ਨੇ ਦੋ ਲਿਖਣ ਵਾਲੇ ਕਿ ਸੱਜੇ ਬੈਠਾ ਤੇ ਇੱਕ ਖੱਬੇ ਬੈਠਾ ਯਾਨੀ ਕਰਾਮਨ ਕਾਤਵੀਨ ਤਿਆਰ ਲਿਖਣੋ ਨਹੀਂ ਬੋਲਦਾ ਕੋਈ ਗੱਲ ਪਰ ਉਹਦੇ ਕੋਲ ਰੱਖਾ ਹੈ ਤਿਆਰ ਲੈ ਆਈ ਬੇਹੋਸ਼ੀ ਮੌਤ ਦੀ ਸਹੀ ਗੱਲ ਨੂੰ ਯਾਨੀ ਅਗਲੇ ਜਨਮ ਦੇ ਕੁਝ ਹਾਲ ਨੂੰ ਇਹ ਜਿਸ ਤੋਂ ਤੂੰ ਕਿਨਾਰਾ ਕਰ ਜਾਂਦਾ ਹੁੰਦਾ ਸੈਂ ਯਕੀਨ ਨਹੀਂ ਸਕੇਦਾ ਹੁੰਦਾ ਇੱਥੇ ਭੂਕ ਵੱਜੀ ਕਰਨਾ ਵਿੱਚ ਇਹੀ ਦਿਨ ਸਚਾ ਨਿਕਲਨੇ ਆਜ਼ਾਬ ਦੇ ਵਾਅਦੇ ਦਾ ਆਇਆ ਹਰ ਸ਼ਖਸ ਨਾਲ ਉਹਦੇ ਇੱਕ ਹਿੱਕਣ ਵਾਲਾ ਤੇ ਇੱਕ ਗਵਾਹ ਜ਼ਰੂਰ ਤੂੰ ਰਹੇਂ ਬੇਸੁਰਤੀ ਵਿੱਚ ਇਸ ਤੋਂ ਹੁਣ ਦੂਰ ਕਰ ਦਿੱਤੀ ਅਸਾਂ ਤੇਰੀ ਅੱਖ ਤੋਂ ਹਨੇਰੀ ਤੇਰੀ ਹੁਣ ਨਜ਼ਰ ਤੇਰੀ ਅੱਜ ਤੇਜ਼ ਹੈ ਤੇ ਆਖਿਆ ਉਹਦੇ ਸਾਥੀ ਨੇ ਯਾਨੀ ਲਿਖਣ ਵਾਲੇ ਫਰਿਸ਼ਤੇ ਨੇ ਇਹੀ ਜੋ ਮੇਰੇ ਕੋਲ ਸੀ ਹਾਜ਼ਰ ਅਮਲਨਾਮਾ ਉਟ ਦਿਓ ਦੋਵੇਂ ਦੋਜ਼ਖ ਵਿੱਚ ਹਰ ਇੱਕ ਬੜੇ ਨਾਸ਼ੁਕਰੇ ਜ਼ਿੱਦੀ ਨੂੰ ਦੇ ਕਮੋ ਰੋਕਣ ਵਾਲੇ ਹੱਦੋਂ ਲੰਘਣ ਵਾਲੇ ਸ਼ੱਕ ਕਰਨ ਵਾਲੇ ਨੂੰ ਜਿੰਝੜ ਆਇਆ ਅੱਲਾ ਨਾਲ ਮਾਬੂਦ ਦੂਸਰਾ ਹੁਣ ਸੁੱਟ ਦੇ ਉਹਨੂੰ ਸਖਤ ਅਜ਼ਾਬ ਵਿੱਚ ਆਖਿਆ ਉਹਦੇ ਸਾਥੀ ਸ਼ੈਤਾਨ ਨੇ ਸਾਡੇ ਰੱਬਾ ਮੈਂ ਉਸ ਨੂੰ ਕਰਾ ਨਹੀਂ ਪਾਇਆ ਪਰ ਐਸੀ ਕੋਰਾਈ ਪਿਆ ਹੋਇਆ ਰਾਂ ਦੂਰ ਫਰਮਾਇਆ ਨਾ ਝਗੜੋ ਮੇਰੇ ਕੋਲ ਕਿ ਪਹਿਲੇ ਬੇਚ ਚੁੱਕਾ ਮੈਂ ਤੁਸਾਂ ਵਾਲਾ ਅਜ਼ਾਬ ਦਾ ਵਾਦਾ ਨਹੀਂ ਬਦਲਦੀ ਗੱਲ ਮੇਰੇ ਕੋਲ ਤੇ ਨਾ ਮੈਂ ਜ਼ੁਲਮ ਕਰਨ ਵਾਲਾਂ ਬੰਦਿਆਂ ਉੱਤੇ ਜਿਸ ਦਿਨ ਅਸੀਂ ਆਖਾਂਗੇ ਦੋਜ਼ਖ ਨੂੰ ਪਲਾ ਤੂੰ ਭਰ ਗਿਆ ਤੇ ਆਖੇਗਾ ਪਲਾ ਹੋਰ ਵੀ ਕੁਝ ਹੈ ਹੋਰ ਹੀ ਹੋਰ ਮੰਗਦਾ ਜਾਏਗਾ ਨੇੜੇ ਕੀਤਾ ਜਾਏਗਾ ਬਈਸ਼ਟ ਬਚ ਕੇ ਤੁਰਨ ਵਾਲਿਆਂ ਲਈ ਨਾ ਕੁਝ ਦੂਰ ਇਹ ਹੈ ਜਿਸ ਦਾ ਤੁਹਾਨੂੰ ਵਾਦਾ ਮਿਲਦਾ ਸੀ ਨੇੜੇ ਆਇਆ ਹਰ ਇੱਕ ਮੁੜ ਆਵਨ ਵਾਲੇ ਨਿਗਾਹ ਰੱਖਣ ਵਾਲੇ ਲਈ ਡਰਿਆ ਖੁਦਾਵੰ ਬਿੰਡ ਡਿਠਿਆ ਤੇ ਆਇਆ ਅੱਲਾ ਵਾਲੇ ਮੁੜ ਆਵਨ ਵਾਲਾ ਦਿਲ ਲੈ ਕੇ ਕਲਵੜੋ ਬੈਸਤ ਵਿੱਚ ਲਾਂਤੀ ਨਾਲ ਇਹ ਦਿਨ ਹੀ ਸਦਾ ਰਹਿਣ ਵਾਲਾ ਉਹਨਾਂ ਲਈ ਉੱਥੇ ਜੋ ਚਾਹਣ ਤੇ ਸਾਡੇ ਕੋਲ ਬਧੇਰਾ ਹੈ ਤੇ ਬਤੇਰੀਆਂ ਬਰਬਾਦ ਕਰ ਚੁਕੇ ਅਸੀਂ ਪਹਿਲੇ ਇਹਨਾਂ ਦੇ ਸੰਗ ਤਾਂ ਉਹ ਬਧੇਰੇ ਸਖਤ ਸਨੇ ਨਾਲੋਂ ਦਸ ਦਰਾਦੀ ਵਿੱਚ ਫਿਰ ਖੋਤਰ ਕੀਤੋ ਨੇ ਦੁਨੀਆਂ ਦੇ ਮੁਲਕਾਂ ਵਿੱਚ ਪਲਾਦ ਮਿਲਿਆ ਕੋਈ ਪਨਾਹ ਅਥਾਂ ਜ਼ਰੂਰ ਇਸ ਵਿੱਚ ਸੋਚਣ ਦਾ ਥਾਂ ਹੈ ਉਹਦੇ ਲਈ ਜਿਹਦੇ ਅੰਦਰ ਦਿਲ ਹੋਵੇ ਜਾਂ ਕੰਨ ਲਗਾਏ ਨਾਲੇ ਉਹ ਤਵਜੂ ਨਾਲ ਗੱਲ ਸੁਣੇ ਜ਼ਰੂਰ ਬਣਾਏ ਆ ਸੰਸਾਨ ਤੇ ਜ਼ਮੀਨ ਤੇ ਜੋ ਕੁਝ ਵਿੱਚ ਉਹਨਾਂ ਦੇ ਛੀਆਂ ਦੇ ਨਾਲ ਵਿੱਚ ਤੇ ਨਹੀਂ ਲੱਗਾ ਸਾਨੂੰ ਕੋਈ ਠਕੇਵਾ ਸੋ ਹਬੀਬ ਸੰਧਾ ਰਹਿ ਜੋ ਆਖਦੇ ਨੇ ਤੇ ਪਾਕੀ ਬੋਲ ਨਾਲ ਲਾ ਕੇ ਸੋਬਾ ਆਪਣੇ ਰੱਬ ਦੀ ਪਹਿਲੇ ਚੜਨੇ ਸੂਰਜ ਦੇ ਤੇ ਪਹਿਲੇ ਡੁੱਬਨੇ ਦੇ ਕੁਝ ਰਾਤ ਨੂੰ ਪਾਕੀ ਬੋਲ ਉਸ ਦੀ ਤੇ ਪਿੱਛੇ ਨਮਾਜ਼ ਦੇ ਵੀ ਤੇ ਕੰਨ ਰੱਖ ਜਿਸ ਦਿਨ ਆਵਾਜ਼ ਕਰੇਗਾ ਮੁਨਾਦੀ ਕਰਨ ਵਾਲਾ ਨੇੜੇ ਥਾਉ ਜਿਸ ਦਿਨ ਸੁਣਨਗੇ ਚੀਕ ਠੀਕ ਤਰ੍ਹਾਂ ਨਾਲ ਇਹੀ ਦਿਨ ਨਿਕਲ ਪੈਣ ਦਾ ਕਬਰੋਂ ਅਸੀਂ ਆਪ ਜਵਾਨੇ ਤੇ ਮਾਰਨੇ ਆ ਤੇ ਸਾਡੇ ਹੀ ਵਾਲੇ ਐ ਮੁਰਨਾ ਇਸ ਦਿਨ ਪਾੜ ਜਾਏਗੀ ਉਹਨਾ ਉਤੇ ਜ਼ਮੀਨ ਨਿਕਰਣ ਕੇ ਦੌੜ ਦੇ ਇਹ ਹੀ ਇਕੱਠਾ ਕਰਨਾ ਸਾਡੇ ਅਗੇ ਆਸਾਨ ਅਸੀਂ ਖੂਬ ਜਾਣਨੇ ਆ ਜੋ ਆਖਦੇ ਨੇ ਤੇ ਤੇਰਾ ਕੰਮ ਨਹੀਂ ਉਹਨਾ ਉਤੇ ੱਤਕਾ ਕਰਨਾ ਸੋ ਮਤ ਦੇ ਕੁਰਾਨ ਨਾਲ ਰੋਸ਼ ਨੂੰ ਜਿਹੜਾ ਡਰੇ ਮੇਰੇ ਅਜ਼ਾਬ ਦੇ ਵਾਦੇ